पठानकोट अमृतसर हाईवे पर सड़क हादसा हुआ जिसमें दो लोगों की मौत हो गई जबकि दो लोग गंभीर रूप से घायल हो गए। जिसकी जानकारी में एसएचओ सुरेंद्र सिंह ने बताया कि गंभीर मरीजों को निजी अस्पताल के लिए रेफर कर दिया गया है जबकि मृतकों को पोस्टमार्टम के लिए सिविल अस्पताल पठानकोट भेज दिया गया है। ਸਥਾਨੀਆਂ ਦੇ ਵਿੱਚ ਇੱਕ ਬੜੇ ਸਤਿਕਾਰਯੋਗ ਸਾਡੇ ਬਜ਼ੁਰਗ ਫੌਜੀ ਅੰਕਲ ਜੀ ਸੀ, ਉਹਨਾਂ ਨਾਲ ਇਹਨਾਂ ਦੀ ਟੱਕਰ ਹੋਈ ਆ। ਉਹਨਾਂ ਦੀ ਵੀ ਔਨ ਦੀ ਸਪੋਟ ਅਮਨਦੀਪ ਹੋਸਪਿਟਲ ਲੈ ਕੇ ਗਏ ਆ, ਪਰ ਉੱਥੇ ਉਹਨਾਂ ਦੀ ਵੀ ਡੈਥ ਹੋ ਗਈ ਹੈ ਅਤੇ ਇੱਕ ਚਾਕੂ ਵਾਲੀ ਡੈਥ ਹੋ ਗਈ। ਔਰ ਤੀਜਾ ਮੁੰਡਾ ਇਸ ਟਾਈਮ ਆਪਣੀ ਜਾਨ 'ਤੇ ਖੇਡਣ ਡਿਆ, ਉਹਨੂੰ ਵੀ 24 ਘੰਟੇ ਦਾ ਅਲਟੀਮੇਟਮ। ਜਿੱਥੋਂ ਪਠਾਨਕੋਟ ਦੀ ਸਾਈਡ ਨੂੰ ਜਾ ਰਹੇ ਸੀ, ਜਦੋਂ ਧੋਬੜੇ ਵਾਲੀ ਪੁਲੀ ਲਾਗੇ ਪਹੁੰਚੇ ਨੇ ਤਾਂ ਉੱਥੋਂ ਇੱਕ ਬਜ਼ੁਰਗ ਪ੍ਰੇਮ ਕੁਮਾਰ ਨਾਂ ਦਾ ਬਜ਼ੁਰਗ ਸੀਗਾ, 70-75 ਸਾਲ ਦੇ ਇਰਦ ਗਿਰਦ ਉਹਦੀ ਏਜ ਸੀ, ਅਤੇ ਉਹ ਰੋਡ ਕ੍ਰਾਸ ਕਰਦੇ ਸੀ ਜਿਹੜਾ ਕਿ ਇਹਨਾਂ ਦੀ ਬ੍ਰੇਕ ਨਹੀਂ ਲੱਗੀ, ਨਾ ਬ੍ਰੇਕ ਲੱਗਣ ਕਾਰਨ ਜਿਹੜਾ ਮੋਟਰਸਾਈਕਲ ਉਹਦੇ ਵਿੱਚ ਬਚ ਗਿਆ ਬਜ਼ੁਰਗ ਦੇ ਵਿੱਚ, ਅਤੇ ਉਹ ਰੋਡ ਦੇ ਉੱਤੇ ਡੇ ਪਿਆ। ਜਿਹੜੇ ਮੋਟਰਸਾਈਕਲ ਸਵਾਰ ਸੀ ਮੁੰਡੇ 3, ਪੰਕਜ ਕੁਮਾਰ ਅਤੇ ਇਹਦੇ ਨਾਲ 2 ਹੋਰ ਸਾਥੀ, ਇਹ ਵੀ ਜਿਹੜੇ ਰੋਡ ਦੇ ਉੱਤੇ ਡੇ ਪਏ ਸੀ, ਜੋ ਜ਼ਖਮੀ ਹੋ ਗਏ, ਕਾਫੀ ਗੰਭੀਰ ਚੋਟ ਲੱਗੀਆਂ ਸੀ। ਇਹਨਾਂ ਨੂੰ ਮੁੜ ਕੇ ਐਂਬੂਲੈਂਸ ਦਾ ਅਰੇਂਜਮੈਂਟ ਕਰਕੇ ਅਤੇ ਸਿਵਲ ਹੋਸਪਿਟਲ ਦਾਖਲ ਕਰਵਾਇਆ ਸੀ ਪ੍ਰੇਮ ਕੁਮਾਰ ਜੀ ਨੂੰ, ਜਿਹਨੂੰ ਉਹਨਾਂ ਨੇ ਪ੍ਰੇਮ ਕੁਮਾਰ ਨੂੰ ਅਮਨਦੀਪ ਹੋਸਪਿਟਲ ਦਾ ਰੈਫਰ ਕਰਤਾ ਸੀ ਜਿੱਥੇ ਇਹਦੀ ਇਲਾਜ ਦੌਰਾਨ ਜਿਹੜੀ ਡੈਥ ਹੋ ਗਈ ਸੀ। ਅਤੇ ਉਹਦੇ ਸੰਬੰਧ 'ਚ ਮਤਲਬ ਕਿ ਇੱਕ ਜਿਹੜਾ ਨਾਲ ਪੰਕਜ ਕੁਮਾਰ ਜਿਹੜਾ ਇਹਦੇ ਮੋਟਰਸਾਈਕਲ ਚਾਲ ਕੇ ਜਿਹੜਾ ਜ਼ਖਮੀ ਹੋਇਆ ਸੀਗਾ, ਉਹਦੀ ਵੀ ਜਿਹੜੀ ਇਲਾਜ ਦੌਰਾਨ ਜਿਹੜੀ ਡੈਥ ਹੋ ਗਈ ਆ, ਅਤੇ ਦੋ ਬੰਦੇ ਜਿਹੜੇ ਉਹ ਗੰਭੀਰ ਜ਼ਖਮੀ ਨੇ ਉਹ ਹੋਸਪਿਟਲ ਦੇ ਵਿੱਚ ਜਿਹੜੇ ਇਲਾਜ ਨੇ, ਮੁਕੱਦਮਾ ਦਰਜ ਕਰਕੇ ਅਤੇ ਤਫਤੀਸ਼ ਜਿਹੜੀ ਆਰੰਭ ਕੀਤੀ ਗਈ ਹੈ। ਜੋ ਵੀ ਕਸੂਰਵਾਰ ਪਾਇਆ ਜਾਵੇਗਾ ਉਹਦੇ ਖਿਲਾਫ਼ ਜਿਹੜੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।